ਜ਼ਿਲ੍ਹਾ ਮੋਗਾ ਦੇ ਪਿੰਡ ਕਾਲਿਆਂ ਵਾਲਾ 'ਚ ਜ਼ਮੀਨੀ ਵਿਵਾਦ ਦੇ ਚੱਲਦੇ ਬਲਜਿੰਦਰ ਕੌਰ ਨਾਂ ਦੀ ਔਰਤ ਨੇ ਆਪਣੇ ਹੀ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਵਿਅਕਤੀ ਕੈਨੇਡਾ ਤੋਂ ਆਇਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮੇਰਾ ਭਾਣਜਾ ਹੈਗਾ ਜੀ, ਕਾਲਾ ਨਾਂ ਹੈਗਾ ਇਹਦਾ, ਹਰਿੰਦਰ ਸਿੰਘ, ਕੈਨੇਡਾ ਤੋਂ ਆਇਆ ਜੀ, ਕੁਝ ਦਿਨ ਹੀ ਹੋਏ ਹਫ਼ਤਾ ਕੁ। ਅਤੇ ਤਾਰਾ ਸਿੰਘ ਅਤੇ ਦੂਸਰੇ ਬੰਦਿਆਂ ਕੋਲ, ਦੋਵਾਂ ਕੋਲ ਸਾਡੀ ਜ਼ਮੀਨ ਸੀਗੀ, ਠੇਕੇ ਦਿੱਤੀ ਵੀ। ਉਹ ਜ਼ਮੀਨ ਅਸੀਂ ਕੱਟਦੇ ਸੀ, ਕੁਛ ਕੱਟ ਲਈ ਸੀ, ਕਿੱਲਾ ਕੁ ਰਹਿੰਦਾ ਸੀ, ਡੇਢ ਕਿੱਲਾ। ਅੱਠ ਦਸ ਜਣੇ ਬੰਦੇ ਸੀਗੇ ਜੀ, ਅਤੇ ਦੇਖਿਆ ਵੀ ਇਹ ਬਲਜਿੰਦਰ ਕੌਰ ਵੀ ਸੀਗੀ ਕਣਕ ਦੇ ਵਿੱਚ ਫਿਰਦੀ ਉਹ। ਅਤੇ ਇਸ ਤਰ੍ਹਾਂ ਵਿੱਚੋਂ ਇੱਕ ਬੰਦੇ ਨੇ ਫਿਰ ਫਾਇਰ ਮਾਰਿਆ, ਸਾਡਾ ਭਾਣਜਾ ਡਿੱਗ ਪਿਆ ਜੀ। ਅਤੇ ਉਦੋਂ ਮਗਰੋਂ ਫਿਰ ਪੁਲਿਸ ਉੱਥੇ ਚੱਲ ਗਈ। ਇਹਨਾਂ ਦਾ ਜੀ ਜਿਹੜਾ ਮਾਮਲਾ ਆ, ਇਹਨਾਂ ਦਾ ਪੈਲੀ ਦਾ ਰੌਲਾ ਸੀ ਕਣਕ ਵੱਢਣ ਦਾ ਜੀ। ਕੌਣ ਹੈਗਾ ਜਿਹੜਾ ਮਰਿਆ ਹੈਗਾ, ਕੀ ਨਾਂ ਉਹਨਾਂ ਦਾ? ਇਹਦਾ ਨਾਂ ਹੈਗਾ ਜੀ ਹਰਿੰਦਰ ਸਿੰਘ, ਸਾਨੂੰ ਸੁਰਜੀਤ ਸਿੰਘ, ਜੱਟ ਵਾਸੀ ਕਾਲੀ ਵਾਲਾ, ਹਾਲ ਕੈਨੇਡਾ। ਬਾਈ ਪਰਚਾ ਦੇਵਾਂਗੇ ਬਿਆਨ ਦਾ 302 ਦਾ ਜੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।